ਦੇਖੋ ਵੀਰੇ ਜਿੱਥੇ ਪਾਣੀ ਉੱਤਰ ਗਿਆ ਉੱਥੇ ਵੀ ਮਤਲਬ ਬਹੁਤ ਬੁਰਾ ਹਾਲ ਹੈ ਜੀਰੀਆਂ ਦਾ। ਜਿਹੜੀਆਂ ਵਧੀਆ ਹੋਈਆਂ ਖੜੀਆਂ ਸੀ, ਆਹ ਦੇਖੋ ਜੀਰੀ ਤੁਹਾਡੇ ਸਾਹਮਣੇ ਕਿੰਨੀ ਸੋਹਣੀ ਜੀਰੀ ਹੈ। ਇਹ ਸਿਰਫ ਆਹ ਉੱਤਰਲਾ ਜਿਹੜਾ ਥੋੜ੍ਹਾ ਜਿਹਾ ਏਰੀਆ ਹੈਗਾ, ਇਹ ਬਾਜੂਗਾ ਪਰਾਂ ਵਾਲੀ ਜੀਰੀ ਸਾਰੀ ਖਰਾਬ ਆ, ਅਤੇ ਐਡੀ ਐਡੀ ਜੀਰੀ ਪਾਉਣੀ ਬਹੁਤ ਔਖੀ ਹੈਗੀ, ਹੈ ਨਾ। ਉੱਦਾਂ ਵਾਂਗੂ ਵਾਲੀ ਫਸਲ ਜਦੋਂ ਪਾਉਣੀ ਪੈਂਦੀ ਆ, ਆਪਣੇ ਸਾਰੀ ਜਿਹੜੀ ਜੀਰੀ ਆ ਤੁਸੀਂ ਜਿੱਥੇ ਤੱਕ ਦੇਖਦੇ ਨਿਗਾਹ ਪਾਏ ਤਾਂ ਸਾਰੀ ਜੀਰੀ ਲੱਗੀ ਹੋਈ ਸੀ, ਵਧੀਆ ਹੋ ਰਹੀ ਸੀ ਸਾਰੀ। ਹੁਣ ਇਹ ਸਾਰੀ ਪਾਉਣੀ ਪੂਆ, ਦੇਖੋ ਪਾਏ ਸਾਹਮਣੇ ਟਰੈਕਟਰ ਚੱਲ ਰਿਹਾ, ਇਹ ਹਜੇ ਖੇਤ ਠੀਕ ਹੈ, ਬੱਤ ਆ ਗਏ, ਇਹ ਕੱਦੂ ਇੱਦਾਂ ਹੀ ਕਰ ਸਕਦੇ। ਜਿਹੜੀ ਉਦੋਂ ਪਰਾਂ ਏਰੀਆ ਹੈਗਾ ਤੁਸੀਂ ਦੇਖ ਰਹੇ ਹੋ ਪੀੜੀ ਤੋਂ ਜਿੱਥੇ ਹੋਈ ਆ, ਉਹ ਹਲੇ ਉਹਨਾਂ ਨੂੰ ਵੀ ਵਾਹੁਣ ਲਈ ਜਾਂ ਬੱਤ ਆਉਣ ਲਈ ਥੋੜ੍ਹਾ ਟਾਈਮ ਲੱਗੂਗਾ। ਸੋ ਆਪਣੀ ਗੋਡੇ ਗੋਡੇ ਹੋਈ ਫਸਲ ਪਾਉਣੀ ਬਹੁਤ ਔਖੀ ਆ, ਮਜਬੂਰੀ ਆ, ਕੀ ਕਰਨ ਪਾਣੀ ਨਾਲ ਜਿਹੜਾ ਸਾਰੀ ਜੀਰੀ ਜਿਹੜੀ ਖਰਾਬ ਹੋ ਗਈ। ਆਓ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਹਾਂ। ਬਾਬਾ ਜੀ, ਇਹ ਕਿੰਨਾ ਕੁ ਠੀਕ ਹੋ ਗਿਆ ਹੁਣ ਇੱਥੋਂ ਪਾਣੀ ਦਾ ਲੈਵਲ? ਲੈਵਲ ਕਿਸ ਤਰ੍ਹਾਂ ਜੀ? ਪਹਿਲਾਂ ਕਿੰਨਾ ਕੁ ਦੀ ਉਰੇ ਪਾਣੀ? ਆਹ ਸਾਰਾ ਪਾਣੀ ਡੁੱਬਿਆ ਪਿਆ ਸੀ, ਸਾਰਾ ਡੁੱਬਿਆ ਪਿਆ ਸੀਗਾ। ਬੋਰ ਹੀ ਬਹੁਤ ਖਰਾਬ ਸਾਡੇ ਏਰੀਏ ਦੇ ਨਾ, ਬੋਰ ਬਹਿ ਗਏ। ਬੋਰ ਬਹਿ ਗਏ ਜੀ? ਹਾਂ, ਬੋਰ ਹੀ ਬਹਿ ਗਏ। ਨਹੀਂ ਤਾਂ ਰਹਿੰਦਾ ਡਰੇਵਰੀਆਂ ਹੁਣ ਨਿਕਲੀਆਂ, ਡਰੇਵਰੀਆਂ ਵਿੱਚ ਗਈਆਂ, ਡਰੇਵਰੀਆਂ ਵਿੱਚ ਗਈਆਂ। ਕਈਆਂ ਦੇ ਬੋਰਾਂ ਨੇ ਇੱਥੇ ਮੇਰੇ ਗੈਸ ਬਣਿਆ ਪਲਾਸਟਿਕ ਬੋਰ ਸੀ, ਮੇਰੇ ਉਹਨੇ ਗੈਸ ਮਾਰਾ ਮੋਟਰ ਕੋਲ ਤਾਂ ਮਾਰੀ, ਫਿਰ ਥੱਲੇ ਗਈ ਹੈ, ਮੋਟਰਾਂ ਟੁੱਟ ਗਏ ਪਾਣੀ। ਇਹ ਵਿਚਲਾ ਦੂਸਰਾ ਚੱਕ ਰੱਖਿਆ ਗਿਆ ਹੁਣ?
ਹਾਂਜੀ।